ਸੁਖਪਾਲ ਖਹਿਰਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਕਾਂਗਰਸ ਆਗੂਆਂ ਵੱਲੋਂ। ਇਹਨਾਂ ਆਗੂਆਂ ਦੇ ਵਿੱਚ ਖਾਸ ਕਰਕੇ ਦੇਵੇਂਦਰ ਯਾਦਵ ਵੀ ਮੌਜੂਦ ਸਨ, ਜਿਹੜੇ ਦੇਵੇਂਦਰ ਯਾਦਵ ਪੰਜਾਬ ਮਾਮਲਿਆਂ ਦੇ ਇੰਚਾਰਜ ਕਾਂਗਰਸ ਹਾਈਕਮਾਨ ਵੱਲੋਂ ਲਗਾਏ ਗਏ ਨੇ। ਲਗਾਤਾਰ ਦੇਵੇਂਦਰ ਯਾਦਵ ਲੰਘੇ ਦਿਨ ਤੋਂ ਮੀਟਿੰਗਸ ਕਰ ਰਹੇ ਹੁੰਦੇ ਨੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਦੇ ਨਾਲ, ਪਰ ਹੁਣ ਨਾਭਾ ਪਹੁੰਚ ਜਾਂਦੇ ਨੇ। ਨਾਭਾ ਜੇਲ੍ਹ ਦੇ ਵਿੱਚ ਜਿੱਥੇ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ, ਜਿੱਥੇ ਰੱਖਿਆ ਗਿਆ, ਉੱਥੇ ਸੁਖਪਾਲ ਖਹਿਰਾ ਨਾਲ ਮੁਲਾਕਾਤ ਕੀਤੀ ਗਈ। ਦਰਅਸਲ ਸੁਖਪਾਲ ਖਹਿਰਾ ਮਾਮਲੇ ਦੇ ਵਿੱਚ ਫੌਰੀ ਤੌਰ 'ਤੇ ਦੂਜੀ ਵਾਰ ਗ੍ਰਿਫਤਾਰ ਕਰ ਲਿਆ ਗਿਆ ਸੀ। ਸੁਖਪਾਲ ਖਹਿਰਾ ਨੂੰ ਇਲਜ਼ਾਮ ਸਨ ਗਵਾਹਾਂ ਨੂੰ ਧਮਕਾਉਣ ਦੇ, ਅਤੇ ਉਸੇ ਚੱਕਰ ਦੇ ਵਿੱਚ ਸੁਖਪਾਲ ਖਹਿਰਾ ਨੂੰ ਸੁਭਾਨਪੁਰ ਅਦਾਲਤ ਪੇਸ਼ ਕਰਕੇ ਅਤੇ ਗ੍ਰਿਫਤਾਰ ਕਰ ਲਿਆ ਜਾਂਦਾ ਆ। ਆਖਿਰਕਾਰ ਸੁਖਪਾਲ ਖਹਿਰਾ ਨਾਭਾ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ 'ਤੇ ਨੇ, ਔਰ ਸੁਖਪਾਲ ਖਹਿਰਾ ਨੂੰ ਮਿਲਣ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਪਹੁੰਚ ਜਾਂਦੀ ਹੈ। ਉਹਨਾਂ ਦੇ ਨਾਲ ਦੇਵੇਂਦਰ ਯਾਦਵ ਵੀ ਮੌਜੂਦ ਹੁੰਦੇ ਨੇ। ਦੇਵੇਂਦਰ ਯਾਦਵ ਹੁੰਦੇ ਨੇ ਪੀ ਪੀ ਸੀ ਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁੰਦੇ ਨੇ, ਔਰ ਪ੍ਰਤਾਪ ਬਾਜਵਾ ਇਸ ਮਿਲਣੀ ਦੇ ਵਿੱਚ ਸ਼ਾਮਿਲ ਹੁੰਦੇ ਨੇ। ਜਦੋਂ ਡੇਢ ਘੰਟੇ ਤੱਕ ਸੁਖਪਾਲ ਖਹਿਰਾ ਦੇ ਨਾਲ ਮੁਲਾਕਾਤ ਕੀਤੀ ਗਈ, ਉਹਨਾਂ ਨਾਲ ਗੱਲਬਾਤ ਕੀਤੀ ਗਈ, ਮੀਟਿੰਗ ਕੀਤੀ ਗਈ, ਜੇਲ੍ਹ ਅੰਦਰ ਮਿਲ ਕੇ ਆਏ ਨੇ, ਔਰ ਇਸ ਮਾਮਲੇ ਨੂੰ ਲੈ ਕੇ ਦੇਵੇਂਦਰ ਯਾਦਵ ਵੱਲੋਂ ਵੀ ਆਪਣੇ ਬਿਆਨ ਜਾਰੀ ਕੀਤੇ ਗਏ ਨੇ। ਦਰਅਸਲ ਇਸ ਮਾਮਲੇ ਸੰਬੰਧੀ, ਖਾਸ ਕਰਕੇ ਸੁਖਪਾਲ ਖਹਿਰਾ ਅਤੇ ਦੇਵੇਂਦਰ ਯਾਦਵ ਦੇ ਸ਼ਮੂਲੀਅਤ ਦੇ ਸੰਬੰਧੀ ਸੁਨੀਲ ਜਾਖੜ ਬੋਲਦੇ ਨਜ਼ਰ ਆ ਰਹੇ ਸੀ। ਲੰਘੇ ਦਿਨ ਉਹਨਾਂ ਨੇ ਤੰਜ ਕੱਸਿਆ ਸੀ ਕਿ ਕਾਂਗਰਸ ਪਾਰਟੀ ਨੂੰ ਆਪਣੇ ਆਗੂਆਂ ਦੇ ਉੱਤੇ ਭੋਰਾ ਵੀ ਤਰਸ ਨਹੀਂ ਆਉਂਦਾ, ਉਹ ਜਮ੍ਹਾਂ ਵੀ ਆਪਣੇ ਆਗੂਆਂ ਦੇ ਨਾਲ ਸਟੈਂਡ ਨਹੀਂ ਲੈਂਦੇ, ਔਰ ਇਸੇ ਦੇ ਚੱਲਦੇ ਉਹਨਾਂ ਨੇ ਇਹ ਕਿਹਾ ਸੀ ਕਿ ਜੇ ਦੇਵੇਂਦਰ ਯਾਦਵ ਆਏ ਵੀ ਨੇ ਉਹ ਇੱਕ ਵਾਰ ਵੀ ਸੁਖਪਾਲ ਖਹਿਰਾ ਨੂੰ ਮਿਲਣ ਨਹੀਂ ਜਾਣਗੇ। ਪਰ ਆਖਿਰਕਾਰ ਦੇਵੇਂਦਰ ਯਾਦਵ ਸੁਖਪਾਲ ਖਹਿਰਾ ਨੂੰ ਨਾਭਾ ਜੇਲ੍ਹ 'ਚ ਮਿਲ ਕੇ ਆਏ ਨੇ। ਉਹਨਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਮੌਜੂਦ ਸੀ, ਉਹਨਾਂ ਦੇ ਵਿੱਚ ਪੀ ਪੀ ਸੀ ਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਉਹਨਾਂ ਦੇ ਨਾਲ ਮੌਜੂਦ ਸਨ। ਇਸੇ ਦੇ ਚੱਲਦੇ ਜਦੋਂ ਪੱਤਰਕਾਰਾਂ ਨੇ ਦੇਵੇਂਦਰ ਯਾਦਵ ਨੂੰ ਇਸ ਮੁਲਾਕਾਤ ਬਾਰੇ ਪੁੱਛਿਆ, ਸੁਖਪਾਲ ਖਹਿਰਾ ਦੀ ਹਿਰਾਸਤ ਬਾਰੇ ਪੁੱਛਿਆ, ਤੇ ਜੋ ਕੁਝ ਦੇਵੇਂਦਰ ਯਾਦਵ ਨੇ ਬੋਲਿਆ ਆਓ ਸੁਣ ਲੈਂਦੇ ਹਾਂ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।